ਅੱਜ ਸਾਡੇ ਸਾਰੇ ਜਿਹੜੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਪ੍ਰਧਾਨ ਸਾਹਿਬਾਨ ਔਰ ਸਾਰੇ ਅਸੈਂਬਲੀ ਹਲਕਿਆਂ ਦੇ ਜਿਹੜੇ ਇੰਚਾਰਜ ਆ ਉਹਨਾਂ ਸਾਰਿਆਂ ਦੀ ਸਾਂਝੀ ਮੀਟਿੰਗ ਜਿਹੜੀ ਆ ਸਾਡੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੀ ਪ੍ਰਧਾਨਗੀ ਦੇ ਹੇਠ ਹੋਈ ਆ ਜਿਹਦੇ ਵਿੱਚ ਸਭ ਤੋਂ ਪਹਿਲਾਂ ਤੇ ਜਿਹੜਾ ਇਸ ਵੇਲੇ ਦੇਸ਼ ਦੇ ਵਿੱਚ ਬੜਾ ਭੱਖਦਾ ਮੁੱਦਾ ਯੂਨੀਫਾਰਮ ਸਿਵਲ ਕੋਡ ਦਾ ਉਹਦੇ ਉੱਤੇ ਗੰਭੀਰਤਾ ਦੇ ਨਾਲ ਵਿਚਾਰ ਚਰਚਾ ਹੋਈ ਹੈ ਸਾਰਿਆਂ ਦੇ ਵਿਚਾਰ ਲਏ ਗਏ ਆ ਔਰ ਇੱਕ 4 ਮੈਂਬਰੀ ਕਮੇਟੀ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਜਿਹੜਾ ਇਸ ਵਿਸ਼ੇ ਦੇ ਉੱਤੇ ਕੇਸ ਤਿਆਰ ਕਰਨ ਵਾਸਤੇ ਜਿਹੜੀ ਲਾਅ ਕਮਿਸ਼ਨ ਨੂੰ ਅਸੀਂ ਰਿਪ੍ਰੈਜੈਂਟੇਸ਼ਨ ਪਾਰਟੀ ਵੱਲੋਂ ਦੇਣੀ ਹੈ ਉਹ ਜਿਹੜੀ ਆ ਨਿਯਤ ਕੀਤੀ ਗਈ ਹੈ ਜਿਹੜੀ ਸਾਰੇ ਪੱਖਾਂ ਤੋਂ ਯੂਨੀਫਾਰਮ ਸਿਵਲ ਕੋਡ ਦਾ ਮੁੱਦਾ ਜਿਹੜਾ ਸਟੱਡੀ ਕਰਕੇ ਅਤੇ ਜਿਹੜਾ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਦਾ ਪੱਖ ਹੈ ਉਹ ਲਾਅ ਕਮਿਸ਼ਨ ਨੂੰ ਦੇਗੀ ਉਸ ਕਮੇਟੀ ਦੇ ਵਿੱਚ ਪ੍ਰੋਫੈਸਰ ਚੰਦੂ ਮੰਜਰਾ ਸਾਹਿਬ ਵੀ ਨੇ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਸਾਹਿਬ ਨੇ ਸਰਦਾਰ ਸਿਕੰਦਰ ਸਿੰਘ ਮਲੂਕਾ ਸਾਹਿਬ ਹੈ ਔਰ ਚੌਥਾ ਮੇਰੀ ਡਿਊਟੀ ਲੱਗੀ ਹੈ ਅਸੀਂ ਚਾਰੇ ਹੀ ਸਾਰੇ ਪੱਖਾਂ ਤੋਂ ਉਹਨੂੰ ਡੀਪਲੀ ਸਟੱਡੀ ਕਰਕੇ ਜਿਹੜੇ ਬੁੱਧੀਜੀਵੀ ਵਰਗ ਹੈ ਉਹਨਾਂ ਨਾਲ ਵੀ ਰਾਏ ਕਰਕੇ ਜਿਹੜੇ ਲੀਗਲ ਐਕਸਪਰਟ ਹੈ ਕੋਨਸਟੀਟਿਊਸ਼ਨ ਲਾਇਰ ਹੈ ਉਹਨਾਂ ਨਾਲ ਵੀ ਸਟੱਡੀ ਕਰਕੇ ਅਤੇ ਸਾਰਾ ਜਿਹੜੀ ਰਿਪ੍ਰੈਜੈਂਟੇਸ਼ਨ ਹੈ ਉਹ ਅਸੀਂ 13 ਜੁਲਾਈ ਤੋਂ ਪਹਿਲਾਂ ਜਿਹੜਾ ਲਾ ਕਮਿਸ਼ਨ ਆਫ ਇੰਡੀਆ ਉਹਨੂੰ ਸਰ ਇਨਫੋਰਮੇਸ਼ਨ ਆ ਰਹੀ ਹੈ ਕਿ 18 ਤਾਰੀਖ ਨੂੰ ਸੁਖਬੀਰ ਬਾਦਲ ਦਿੱਲੀ ਮੇ ਹੋਂਗੇ ਅਸ਼ੋਕਾ ਹੋਟਲ ਮੇ ਹੋਂਗੇ ਔਰ ਸ਼ਾਮਿਲ ਹੋਂਗੇ ਕੈਪਟਨ ਇੰਡੀਆ ਮੇ ਦੇਖੋ ਗੱਲ ਇਹ ਹੈ ਕਿ ਅਸੀਂ ਪਹਿਲਾਂ ਵੀ ਬੜਾ ਸਵੇਰੇ ਵੀ ਸਪਸ਼ਟ ਕੀਤਾ ਸੀ ਕੱਲ ਵੀ ਕੀਤਾ ਸੀ ਤੇ ਮੈਂ ਮੀਡੀਆ ਨੂੰ ਹੁਣ ਵੀ ਬੇਨਤੀ ਕਰਦਾ ਕਿ ਜਿਹੜੀ ਅਣਅਧਿਕਾਰਤ ਤੌਰ ਦੇ ਉੱਤੇ ਜਿਹੜੇ ਕੋਈ ਸੂਤਰ ਗਲਤ ਖਬਰ ਦਿੰਦੇ ਆ ਉਹਨੂੰ ਨਹੀਂ ਚਲਾਉਣਾ ਚਾਹੀਦਾ ਇਸ ਕਰਕੇ ਨਾ ਤਾਂ ਅੱਜ ਕੋਈ ਏਜੰਡਾ ਸੀ ਸਾਡਾ ਕਿ ਕਿਸੇ ਵੀ ਪਾਰਟੀ ਨਾਲ ਅਲਾਇੰਸ ਕਰਨ ਦਾ ਕਿਉਂਕਿ ਸਾਡਾ ਆਲਰੇਡੀ ਬਹੁਜਨ ਸਮਾਜ ਪਾਰਟੀ ਦੇ ਨਾਲ ਅਲਾਇੰਸ ਜਿਹੜਾ ਉਹ ਸਾਡਾ ਚੱਲ ਰਿਹਾ ਔਰ ਬੜਾ ਅੱਛਾ ਚੱਲ ਰਿਹਾ ਇਸ ਕਰਕੇ ਹੋਰ ਕਿਸੇ ਵੀ ਪਾਰਟੀ ਦੇ ਨਾਲ ਨਾ ਤਾਂ ਕੋਈ ਗੱਲ ਚੱਲ ਰਹੀ ਹੈ ਇਸ ਕਰਕੇ ਵਾਰ ਵਾਰ ਉਸ ਕੁਐਸਚਨ ਨੂੰ ਜਿਵੇਂ ਮਰਜ਼ੀ ਘੁਮਾ ਕੇ ਪੁੱਛੋ ਤਾਂ ਉਹਦਾ ਕੋਈ ਲਾਭ ਨਹੀਂ ਹੈ ਉਹ ਅਸੀਂ ਅਲੱਗ ਦੇਖਾਂਗੇ ਸਾਡੇ ਸਾਰਿਆਂ ਨੇ ਆਪੋ ਆਪਣੇ ਸਟੈਂਡ ਲੈਣੇ ਆ ਉਹ ਕੋਈ ਕਿਸੇ ਪਾਰਟੀ ਦੇ ਉੱਤੇ ਪਾਬੰਦੀ ਨਹੀਂ ਹੁੰਦੀ ਜੇ ਕੋਈ ਅਲਾਇੰਸ ਦੇ ਵਿੱਚ ਵੀ ਹੁੰਦਾ ਤਾਂ ਉਹਨੂੰ ਹੱਕ ਹੁੰਦਾ ਪਾਰਟੀਆਂ ਵੱਖਰੀਆਂ ਵੱਖਰੀਆਂ ਹੁੰਦੀਆਂ ਨੇ ਅਲਾਇੰਸ ਕੁਛ ਮੁੱਦਿਆਂ ਨੂੰ ਲੈ ਕੇ ਜਿਹੜਾ ਉਹ ਚੱਲਦਾ ਇਸ ਕਰਕੇ ਉਹ ਜਦੋਂ ਅਸੀਂ ਆਪਣਾ ਕੇਸ ਤਿਆਰ ਕਰਾਂਗੇ ਉਹਨਾਂ ਦਾ ਵੀ ਅਸੀਂ ਦੇਖਾਂਗੇ ਕਿ ਚਿਮਾ ਸਾਹਿਬ 18 ਕੋ ਜੋ ਮੀਟਿੰਗ ਹੋ ਰਹੀ ਹੈ ਐਨਡੀਏ ਕੀ ਉਸਮੇ 올ਡ ਅਲਾਇੰਸ ਕੋ ਵੀ ਬੁਲਾਇਆ ਗਿਆ ਹੈ ਆਪਕੀ ਪਾਰਟੀ ਕੀ ਤਰਫ ਦੇਖੋ ਮੈਂ ਤਾਂ ਕਹਿਣਾ ਕਿ ਅੱਜ ਦੀ ਮੀਟਿੰਗ ਦਾ ਕੋਈ ਏਜੰਡਾ ਨਹੀਂ ਸੀ ਹਾਲੇ ਕੋਈ ਸਾਡੇ ਕੋਲੇ ਕਮਿਊਨੀਕੇਸ਼ਨ ਨਹੀਂ ਹੈ ਉਹਦੇ ਸਬੰਧ 'ਚ ਇਸ ਕਰਕੇ ਬਿਨਾਂ ਕਿਸੇ ਜਾਣਕਾਰੀ ਤੋਂ ਕੋਈ ਕਹਿਣਾ ਜਿਹੜਾ ਉਹ ਪ੍ਰੋਪਰ ਨਹੀਂ ਹੈ ਦੂਸਰਾ ਜਿਹੜੀ ਵੱਡੀ ਗੱਲ ਸੀ ਕਿ ਜਿਹੜਾ ਪੰਜਾਬ ਵਿਧਾਨ ਸਭਾ ਦੇ ਵਿੱਚ ਸਿੱਖ ਧਰਮ ਦੇ ਵਿੱਚ ਨੰਗੀ ਚਿੱਟੀ ਦਖਲ ਅੰਦਾਜ਼ੀ ਕਰਨ ਵਾਸਤੇ ਜਿਹੜਾ ਅਮੈਂਡਮੈਂਟ ਸਿੱਖ ਗੁਰਦੁਆਰਾ ਐਕਟ 1925 ਦੇ ਵਿੱਚ ਕੀਤੀ ਗਈ ਹੈ ਅੱਜ ਦੀ ਮੀਟਿੰਗ ਦੇ ਵਿੱਚ ਰੈਜੂਲੇਸ਼ਨ ਪਾਸ ਕਰਕੇ ਉਹਨੂੰ ਮੂਲ ਰੂਪ ਦੇ ਵਿੱਚ ਰਿਜੈਕਟ ਕਰ ਦਿੱਤਾ ਗਿਆ ਕਿ ਇਹ ਜਿਹੜੀ ਅਮੈਂਡਮੈਂਟ ਪਾਸ ਕੀਤੀ ਗਈ ਹੈ ਟੋਟਲੀ ਅਨਕੋਨਸਟੀਟਿਊਸ਼ਨਲ ਆ ਇਲੀਗਲ ਹੈ ਔਰ ਸਿੱਖਾਂ ਦੇ ਕੰਮਾਂ ਧਾਰਮਿਕ ਕੰਮਾਂ ਦੇ ਵਿੱਚ ਸਿੱਧੀ ਸਿੱਧੀ ਦਖਲਅੰਦਾਜ਼ੀ ਹੈ ਔਰ ਅਸੀਂ ਜਿਹੜੀ ਆ ਗਵਰਨਰ ਸਾਹਿਬ ਤੋਂ ਮੰਗ ਕੀਤੀ ਹੈ ਕਿ ਇਹਨੂੰ ਰੱਦ ਕਰ ਦਿੱਤਾ ਜਾਵੇ ਕਿਉਂਕਿ ਇਹ ਬਿਲਕੁਲ ਗੈਰ ਕਾਨੂੰਨੀ ਹੈ ਗੈਰ ਸੰਵਿਧਾਨਕ ਹੈ ਇਸ ਦੇ ਨਾਲ ਹੀ ਜਿਹੜੀ ਉਸ ਦਿਨ
ਵਿਧਾਨ ਸਭਾ ਦੇ ਵਿੱਚ ਇਸੇ ਅਮੈਂਡਮੈਂਟ ਦੇ ਬਿੱਲ ਦੇ ਉੱਤੇ ਚਰਚਾ ਦੇ ਦੌਰਾਨ ਜਿਨ੍ਹਾਂ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਔਰ ਜਿਨ੍ਹਾਂ ਹੋਰ ਮਹਾਨ ਸ਼ਖਸੀਅਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਜਿਸ ਡਿਸਰਿਸਪੈਕਟ ਦੇ ਨਾਲ ਉਹਨਾਂ ਦੇ ਨਾਮ ਲਏ ਗਏ, ਉਹਦੀ ਵੀ ਅੱਜ ਫਿਰ ਇੱਕ ਰੈਜੋਲੂਸ਼ਨ ਕਰਕੇ ਨਿਖੇਧੀ ਕੀਤੀ ਗਈ। ਇਹਦੇ ਨਾਲ ਹੀ ਜਿਹੜਾ ਕੀਰਤਨੀ ਸਿੰਘਾਂ ਬਾਰੇ ਮੁੱਖ ਮੰਤਰੀ ਸਾਹਿਬ ਨੇ ਅਪ ਸ਼ਬਦ ਵਰਤੇ ਔਰ ਗਲਤ ਜਿਹੜੀ ਆ ਤਰੀਕੇ ਦੇ ਨਾਲ ਜਿਹੜਾ ਉਹਨਾਂ ਨੂੰ ਸੰਬੋਧਨ ਕੀਤਾ, ਉਹਦੀ ਵੀ ਨਿਖੇਧੀ ਕੀਤੀ ਗਈ ਔਰ ਜਿਹੜਾ ਦਾੜੀ ਦੇ ਉੱਤੇ ਜਿਸ ਤਰੀਕੇ ਦੇ ਕਟਾਕਸ਼ ਕੀਤੇ ਗਏ, ਇਹ ਸਾਰੀਆਂ ਜਿਹੜੀਆਂ ਕੋਝੀਆਂ ਹਰਕਤਾਂ ਇਹਦੀ ਜਿਹੜੀ ਹੈ ਅੱਜ ਦੀ ਇਸ ਮੀਟਿੰਗ ਦੇ ਵਿੱਚ ਮਤਾ ਪਾਸ ਕਰਕੇ ਜਿਹੜੀ ਆ ਉਹ ਨਿਖੇਧੀ ਕੀਤੀ ਗਈ। ਇੱਕ ਖਾਸ ਤੌਰ 'ਤੇ ਮੈਂ ਇੱਕ ਮੀਡੀਆ ਵਾਸਤੇ ਇੱਕ ਰੈਜੋਲੂਸ਼ਨ ਅਸੀਂ ਪਾਸ ਕੀਤਾ ਕਿ ਕੁਛ ਕੁ ਚੈਨਲ ਬਹੁਤ ਹੀ ਪੱਖਪਾਤੀ ਤਰੀਕੇ ਦੇ ਨਾਲ ਸਰਕਾਰ ਦਾ ਪੱਖ ਪੂਰਨ ਵਾਸਤੇ ਅਤੇ ਇੱਕ ਟਾਰਗੇਟਡ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਗਲਤ ਤਰੀਕੇ ਦੇ ਨਾਲ ਪ੍ਰਚਾਰ ਜਿਹੜਾ ਉਹ ਕਰ ਰਿਹਾ। ਅਸੀਂ ਸਾਰੇ ਮੀਡੀਆ ਨੂੰ ਬੇਨਤੀ ਕਰਦੇ ਹਾਂ ਕਿ ਮੀਡੀਆ ਨੂੰ ਆਪਣੀ ਨਿਰਪੱਖਤਾ ਜਿਹੜੀ ਆ ਉਹ ਕਾਇਮ ਰੱਖਣੀ ਚਾਹੀਦੀ ਹੈ। ਅਸੀਂ ਬੜੀ ਪੁਰਾਣੀ ਪਾਰਟੀ ਹਾਂ, ਮੀਡੀਆ ਦੀ ਅਸੀਂ ਬਹੁਤ ਵੱਡੀ ਇੱਜ਼ਤ ਕਰਦੇ ਹਾਂ ਔਰ ਹਮੇਸ਼ਾ ਹੀ ਜਦੋਂ ਕਿਸੇ ਮੀਡੀਆ ਦੇ ਉੱਤੇ ਕੋਈ ਕਿਸੇ ਨੇ ਜਿਹੜੀ ਆ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਆ ਤਾਂ ਮੀਡੀਆ ਦਾ ਅਸੀਂ ਡਟ ਕੇ ਸਾਥ ਵੀ ਦਿੱਤਾ, ਪਰ ਮੀਡੀਆ ਦੀ ਵੀ ਜ਼ਿੰਮੇਵਾਰੀ ਬਣਦੀ ਆ। ਅਸੀਂ ਸਾਰੇ ਉਹਨਾਂ ਚੈਨਲਾਂ ਨੂੰ ਇੱਕ ਵਾਰੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਉਹ ਇਹਨਾਂ ਹਕਤਾਂ ਤੋਂ ਬਾਜ਼ ਆਉਣ, ਨਹੀਂ ਤਾਂ ਸਾਡੇ ਕੋਲ ਕੋਈ ਮਜਬੂਰੀ ਵਸ ਕੋਈ ਚਾਰਾ ਨਹੀਂ ਹੋਊਗਾ ਕਿ ਉਹਨਾਂ ਦਾ ਸਾਨੂੰ ਬਾਈਕਾਟ ਜਿਹੜਾ ਉਹ ਪਾਰਟੀ ਵੱਲੋਂ ਅਨਾਊਂਸ ਕਰਨਾ ਪਏਗਾ। ਅੱਜ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ, ਪਰ ਜੇ ਜ਼ਰੂਰਤ ਪਈ ਤਾਂ ਫਿਰ ਨਾਮ ਵੀ ਲਿਆ ਜਾਏਗਾ, ਲੇਕਿਨ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਕੰਮ ਨਾ ਕਰਨ। ਇੱਕ ਜਿਹੜਾ ਅਧਿਆਪਕਾਂ ਦੇ ਉੱਤੇ ਔਰ ਮੁਲਾਜ਼ਮਾਂ ਦੇ ਉੱਤੇ ਬੜਾ ਵਹਿਸ਼ੀਆਨਾ ਤਰੀਕੇ ਦੇ ਨਾਲ ਲਾਠੀਚਾਰਜ ਜਿਹੜਾ ਸਰਕਾਰ ਨੇ ਕੀਤਾ, ਉਹਦੀ ਵੀ ਜਿਹੜੀ ਹੈ ਸਖ਼ਤ ਆਲੋਚਨਾ ਅੱਜ ਅਸੀਂ ਮਤਾ ਪਾਸ ਕਰਕੇ ਕੀਤੀ ਹੈ। ਇੱਕ ਕੁਛ ਵਿਸ਼ੇਸ਼ ਪ੍ਰੋਗਰਾਮ ਬਣਾਏ ਗਏ ਹੈ ਕਿ ਪਾਰਟੀ ਦੇ ਯੂਥ ਵਿੰਗ ਦੇ ਜਿਹੜੇ ਪ੍ਰਧਾਨ ਸਾਹਿਬ ਨੇ ਉਹ 10 ਜੁਲਾਈ ਤੋਂ ਲੈ ਕੇ 18 ਜੁਲਾਈ ਤੱਕ 18 ਵਿਧਾਨ ਸਭਾ ਹਲਕਿਆਂ ਦੇ ਵਿੱਚ ਪਹਿਲੇ ਦੌਰ ਦੀਆਂ ਮੀਟਿੰਗਾਂ ਸ਼ੁਰੂ ਕਰਨਗੇ, ਆਪਣਾ ਜਨ ਸੰਪਰਕ ਸ਼ੁਰੂ ਕਰਨਗੇ, ਨੌਜਵਾਨਾਂ ਨੂੰ ਮਿਲਣਗੇ। ਇਸ ਤੋਂ ਬਾਅਦ ਉਹ ਸਾਰੇ 117 ਹਲਕਿਆਂ ਦਾ ਉਹਨਾਂ ਦਾ ਪ੍ਰੋਗਰਾਮ ਬਣੇਗਾ। ਇਸੇ ਤਰੀਕੇ ਜਿੰਨੇ ਸਾਡੇ ਹਲਕਿਆਂ ਦੇ ਇੰਚਾਰਜ ਆ ਉਹ ਸਾਰੇ 20 ਜੁਲਾਈ ਤੋਂ ਲੈ ਕੇ 31 ਅਗਸਤ ਤੱਕ ਸਰਕਾਰ ਦੇ ਜਿਹੜੇ ਗਲਤ ਕੰਮ ਹੈ, ਗਲਤ ਵਾਅਦੇ ਆ, ਗੁੰਮਰਾਹਕੁੰਨ ਪ੍ਰਚਾਰ ਆ, ਉਹਦੀ ਪੋਲ ਖੋਲਣ ਵਾਸਤੇ ਹਰ ਪਿੰਡ ਦੇ ਵਿੱਚ ਆਪ ਜਾ ਕੇ ਸੱਥ ਦੇ ਵਿੱਚ ਜਿਹੜਾ ਉਹ ਜਨਤਾ ਦੇ ਨਾਲ ਸਿੱਧਾ ਜਿਹੜਾ ਸੰਪਰਕ ਜਿਹੜਾ ਉਹ ਕਰਨਗੇ। ਬਾਕੀ ਪਾਰਲੀਮੈਂਟ ਚੋਣਾਂ ਦੇ ਸੰਬੰਧ ਦੇ ਵਿੱਚ ਵੀ ਅਸੀਂ ਆਪਣੀ ਤਿਆਰੀ ਦੀ ਮੀਟਿੰਗ ਕੀਤੀ ਆ ਔਰ ਬਹੁਤ ਜਲਦੀ ਅਸੀਂ ਹਰ ਪਾਰਲੀਮੈਂਟ ਹਲਕੇ ਜਿਹੜੇ 13 ਪਾਰਲੀਮੈਂਟ ਹਲਕੇ ਆ ਹਰ ਇੱਕ ਦੇ ਵਿੱਚ ਇੱਕ ਇੱਕ ਇੰਚਾਰਜ ਜਿਹੜਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਾਵਾਂਗੇ, ਜਿਹੜੇ ਹੁਣ ਤੋਂ ਲੈ ਕੇ ਇਲੈਕਸ਼ਨ ਦੀ ਲਾਮਬੰਦੀ ਕਰਨਗੇ ਔਰ ਜਿਨ੍ਹਾਂ ਥਾਵਾਂ ਦੇ ਉੱਤੇ ਕਾਰਪੋਰੇਸ਼ਨ ਦੀਆਂ ਚੋਣਾਂ ਨੇ ਉਹਨਾਂ ਦੇ ਥਾਵਾਂ ਦੇ ਉੱਤੇ ਵੀ ਜਿਹੜਾ ਹੈਗਾ ਉੱਥੇ ਵੀ ਇੰਚਾਰਜ ਲਾ ਕੇ ਅਤੇ ਉੱਥੇ ਵੀ ਪਾਰਟੀ ਨੂੰ ਜਿਹੜਾ ਲਾਮਬੰਦ ਕਰਨ ਦਾ ਕੰਮ ਜਿਹੜਾ ਉਹ ਤੇਜ਼ੀ ਦੇ ਨਾਲ ਸ਼ੁਰੂ ਹੋਇਆ। ਨਹੀਂ ਦੇਖੋ, ਗੱਲ ਇਹ ਹੈ ਕਿ ਜਿਹੜਾ ਸਾਡਾ ਦੇਸ਼ ਹੈ ਇੱਕ ਬਹੁ ਧਰਮੀ, ਬਹੁ ਭਾਸ਼ਾਈ ਅਤੇ ਵੱਖ ਵੱਖ ਤਰ੍ਹਾਂ ਦੇ ਜਿਹੜੇ ਆ ਲੋਕ ਆ, ਵੱਖ ਵੱਖ ਕਲਚਰ ਦੇ ਲੋਕ ਆ, ਬੜੀ ਖੁਸ਼ੀ ਦੇ ਨਾਲ ਮਿਲ ਜੁਲ ਕੇ ਇਕੱਠੇ ਰਹਿੰਦੇ ਆ ਔਰ ਇਹੀ ਸਾਡੇ ਜਿਹੜੇ ਦੇਸ਼ ਦੀ ਹੈ ਉਹ ਖੂਬਸੂਰਤੀ। ਸੰਵਿਧਾਨ ਨੇ ਸਾਨੂੰ ਫਰੀਡਮ ਆਫ ਰਿਲੀਜਨ ਜਿਹੜੀ ਆ ਉਹ ਪ੍ਰੋਵਾਈਡ ਸਾਰਿਆਂ ਨੂੰ ਕੀਤੀ ਹੋਈ ਹੈ ਔਰ ਜਿੰਨੇ ਪਰਸਨਲ ਲਾਜ਼ ਨੇ ਉਹ ਸਾਰੇ ਜਿਹੜੇ ਧਰਮਾਂ ਦੇ ਜਿਹੜੇ ਉਹਨਾਂ ਦੇ ਧਾਰਮਿਕ ਗ੍ਰੰਥਾਂ ਦੇ ਅਨੁਕੂਲ ਬਣੇ ਆ ਔਰ ਬੜੇ ਅੱਛੇ ਤਰੀਕੇ ਨਾਲ ਸਾਰਾ ਕੰਮ ਚੱਲ ਰਿਹਾ। ਪਿਛਲਾ ਜਿਹੜਾ 21ਵਾਂ ਲਾਅ ਕਮਿਸ਼ਨ ਹੈ
ਉਹਨੇ ਵੀ ਆਪਣੀ ਫਾਈਂਡਿੰਗ ਦਿੱਤੀ ਸੀ ਕਿ ਇਹ ਜਿਹੜੇ ਯੂਨੀਫਾਰਮ ਸਿਵਲ ਕੋਡ ਹੈ ਨਾ ਇਹ ਪੋਸੀਬਲ ਹੈ ਨਾ ਡਿਜ਼ਾਇਰੇਬਲ ਹੈ। ਇਸ ਕਰਕੇ ਉਹਨਾਂ ਨੇ ਇੱਥੋਂ ਤੱਕ ਵੀ ਵਾਰਨ ਕੀਤਾ ਸੀ ਕਿ ਅਨਸੈਸਰੀ ਅਸੀਂ ਇੱਦਾਂ ਜਿਹੜੀ ਹੈ ਇਹਨੂੰ ਯੂਨੀਫਾਰਮਿਟੀ ਦੀ ਗੱਲ ਕਰਦੇ ਕਰਦੇ ਦੇਸ਼ ਦੀ ਟੈਰੀਟੋਰੀਅਲ ਇੰਟੈਗ੍ਰਿਟੀ ਨੂੰ ਕਿਤੇ ਨੁਕਸਾਨ ਨਾ ਪਹੁੰਚਾਈ। ਇਸ ਕਰਕੇ ਹੁਣ ਵੀ ਬੜੀ ਵੱਡੀ ਅਨਰੈਸਟ ਹੈ ਨਾਰਥ ਈਸਟ ਦੇ ਵਿੱਚ ਜਿੱਥੇ ਟ੍ਰਾਈਬਸ ਹੈਗੇ ਆ ਉੱਥੇ ਵੀ ਬੜੀ ਵੱਡੀ ਅਨਰੈਸਟ ਹੈ। ਇਸ ਕਰਕੇ ਕੋਈ ਜ਼ਰੂਰਤ ਨਹੀਂ ਹੈ, ਕੋਈ ਕਾਰਨ ਨਹੀਂ ਹੈ ਕਿ ਇਸ ਜਿਹੜਾ ਗੁਲਦਸਤਾ ਹੈ ਇਹਨੂੰ ਕਿਸੇ ਤਰੀਕੇ ਡਿਸਟਰਬ ਕਰੀਏ। ਬਾਕੀ ਅਸੀਂ ਇਹਦੇ ਸਾਰੇ ਪੱਖ ਅਸੀਂ ਪੜ੍ਹ ਕੇ ਅਤੇ ਵਿਸਤਾਰ ਦੇ ਵਿੱਚ ਜਿਹੜਾ ਇਹ ਕੇਸ ਸਾਰਾ ਜਿਹੜਾ ਹੈਗਾ ਅਸੀਂ ਲਾਅ ਕਮਿਸ਼ਨ ਕੋਲ ਤੱਥਾਂ ਦੇ ਸਹਿਤ ਤਰਕ ਦੇ ਨਾਲ ਜਿਹੜਾ ਸਾਰਾ ਅਸੀਂ ਪੇਸ਼ ਕਰਾਂਗੇ ਪੂਰੇ ਵਿਸਤਾਰ ਦੇ ਨਾਲ। ਉੱਥੇ ਇੱਕ ਜਿਹੜਾ ਸਰਕਾਰ ਨੇ ਦੋ ਵਾਰੀ ਵੈਟ ਵਧਾਇਆ ਡੀਜ਼ਲ ਅਤੇ ਪੈਟਰੋਲ 'ਤੇ, ਉਹਦੀ ਵੀ ਅਸੀਂ ਨਿਖੇਧੀ ਕੀਤੀ ਹੈ ਔਰ ਮੰਗ ਕੀਤੀ ਹੈ ਕਿ ਵਾਧਾ ਵਾਪਸ ਹੋਣਾ ਚਾਹੀਦਾ।